ਮੇਰਾ ਨਾਮ ਡਾਕਟਰ ਜਸਪ੍ਰੀਤ ਸਿੰਘ ਹਾਂਜੀ ਇੱਦਾਂ ਹੈਗਾ ਵੀ ਮੈਂ ਪੰਜਾਬ ਸਟੇਟ ਮੈਡੀਕਲ ਡੈਂਟਲ ਟੀਚਰ ਐਸੋਸੀਏਸ਼ਨ ਪੰਜਾਬ ਦਾ ਜਨਰਲ ਸੈਕਟਰੀ ਹਾਂ ਅਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਵੈਸਟ ਬੰਗਾਲ 'ਚ ਇੱਕ ਜਿਹੜੀ ਜੇ ਆਰ ਸਟੂਡੈਂਟ ਸੀ ਉਹਦੇ ਨਾਲ ਰੇਪ ਅਤੇ ਉਸ ਤੋਂ ਬਾਅਦ ਮਰਡਰ ਹੋਇਆ ਠੀਕ ਹੈ ਅਤੇ ਅਸੀਂ ਜਿਹੜੇ ਸਾਡੇ ਜੇ ਆਰ ਹੈਗੇ ਸਾਡੇ ਸਟੂਡੈਂਟ ਹੈਗੇ ਆ ਅਤੇ ਉਸ ਘਟਨਾ ਦੇ ਅਗੇਂਸਟ ਸਾਰੇ ਆਪਣੇ ਪ੍ਰੋਟੈਸਟ ਕਰਦੇ ਪਏ ਆ ਅਤੇ ਐਜ਼ ਅ ਟੀਚਰ ਐਸੋਸੀਏਸ਼ਨ ਪੂਰੇ ਪੰਜਾਬ ਦੀ ਇਹਨਾਂ ਦੇ ਨਾਲ ਆ ਠੀਕ ਹੈ ਅਸੀਂ ਵੀ ਇਹਨਾਂ ਦੇ ਨਾਲ ਪੂਰੇ ਮੋਢਿਆਂ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਠੀਕ ਹੈ ਹਰ ਜਿਹੜਾ ਸਟੂਡੈਂਟ ਆ ਕੋਈ ਵੀ ਜਿਹੜਾ ਡਾਕਟਰ ਆ ਭਾਵੇਂ ਉਹ ਸੀਨੀਅਰ ਡਾਕਟਰ ਆ ਭਾਵੇਂ ਜੂਨੀਅਰ ਡਾਕਟਰ ਆ ਭਾਵੇਂ ਸਟੂਡੈਂਟ ਆ ਉਹਦੀ ਸਿਕਿਉਰਿਟੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਅਤੇ ਅਸੀਂ ਨਾਲ ਆਪਣੇ ਕਾਲਜ ਅਥਾਰਟੀ ਨੂੰ ਵੀ ਅਤੇ ਨਾਲ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਵੀ ਇਹਨਾਂ ਦੀ ਸਟੂਡੈਂਟਸ ਦੀ ਅਤੇ ਨਾਲ ਡਾਕਟਰਸ ਦੀ ਸੀਨੀਅਰ ਜੂਨੀਅਰ ਡਾਕਟਰਸ ਦੀ ਜਿਹੜੀ ਸਿਕਿਉਰਿਟੀ ਨੂੰ ਜਿਹੜੀ ਪ੍ਰਾਈਮ ਇੰਪੋਰਟੈਂਸ ਦਿੱਤੀ ਜਾਵੇ। ਸਰ ਇਹ ਪ੍ਰੋਟੈਸਟ ਇੱਕ ਪੀਸਫੁਲ ਪ੍ਰੋਟੈਸਟ ਹੈਗਾ ਜਿਹਨੂੰ ਅਸੀਂ ਓਕੇ ਆਪਣੇ ਅਸੀਂ ਇਨਸਾਫ ਲੈਣਾ ਹੈ। ਅਸੀਂ ਨਹੀਂ ਚਾਹੁੰਦੇ ਵੀ ਡਾਕਟਰਾਂ ਦੇ ਖਿਲਾਫ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਅੱਤਿਆਚਾਰ ਹੋਣ। ਡਾਕਟਰੀ ਪ੍ਰੋਫੈਸ਼ਨ ਇੱਕ ਬਹੁਤ ਨੋਬਲ ਪ੍ਰੋਫੈਸ਼ਨ ਹੈਗਾ, ਲੋਕ ਡਾਕਟਰ ਨੂੰ ਰੱਬ ਮੰਨਦੇ ਨੇ ਅਤੇ ਰੱਬ ਦੇ ਖਿਲਾਫ ਕੋਈ ਇੱਦਾਂ ਅੱਤਿਆਚਾਰ ਨਹੀਂ ਕਰ ਸਕਦਾ। ਇਹ ਗੱਲ ਜਿਹੜੀ ਹੈ ਬਹੁਤ ਬੁਰੀ ਹੈ ਅਤੇ ਇੱਕ ਸੈਕਸੁਅਲ ਅਸੌਲਟ ਹੋਣਾ ਇਹ ਉਸ ਤੋਂ ਵੀ ਸ਼ਰਮਨਾਕ ਗੱਲ ਹੈ। ਦੇਖੋ ਜਿਹੜਾ ਕੋਈ ਵਿਅਕਤੀ ਲੋਕਾਂ ਦੀ ਸੇਵਾ ਕਰ ਰਿਹਾ ਹੈ ਉਸ ਦੇ ਨਾਲ ਇਹ ਚੀਜ਼ ਹੋਵੇ ਅਤੇ ਮੈਨੂੰ ਲੱਗਦਾ ਉਹਦੀ ਸਜ਼ਾ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਜਾਂ ਫਾਂਸੀ 'ਤੇ ਬਣਦੀ ਹੈ। ਕਿਉਂਕਿ ਦੇਖੋ ਲੋਕ ਡਾਕਟਰ ਜਿਹੜੇ ਹੈ ਉਹ ਲੋਕਾਂ ਦੀ ਸੇਵਾ ਕਰਦੇ ਹੈ, ਕਿਸੇ ਦਾ ਦਰਦ ਜਿਹਨੂੰ ਉਹਨੂੰ ਦੂਰ ਕਰਨਾ ਇੱਕ ਬਹੁਤ ਹੀ ਨੋਬਲ ਕੰਮ ਹੈ ਅਤੇ ਇਸ ਚੀਜ਼ ਨੂੰ ਜੇ ਡਾਕਟਰਾਂ ਦੇ ਖਿਲਾਫ਼ ਜੇ ਤੁਸੀਂ ਹੋ ਜਾਓਗੇ ਡਾਕਟਰਾਂ ਦੇ ਖਿਲਾਫ਼ ਸੈਕਸੁਅਲ ਅਸੌਲਟ ਹੋਣਗੇ ਅਤੇ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਵੀ ਕਈ ਇਹੋ ਜਿਹੇ ਮਾਮਲੇ ਸਾਹਮਣੇ ਆਏ ਆ ਕਿ ਲੱਗਦਾ ਕਿ ਡਾਕਟਰਾਂ ਨੂੰ ਸੁਰੱਖਿਆ ਦੀ ਪਹਿਲਾਂ ਵੀ ਮੰਗ ਕੀਤੀ ਗਈ ਸੀ, ਹੁਣ ਵੀ ਸੁਰੱਖਿਆ ਚਾਹੀਦੀ ਰੈਜੀਡੈਂਟ ਡਾਕਟਰਾਂ ਨੂੰ? ਜੀ ਸਰ, ਕਿਉਂਕਿ ਰੈਜੀਡੈਂਟ 24 ਘੰਟੇ ਜਿਹੜੇ ਆਪਣੇ ਘਰ ਕੰਮ ਕਰਦੇ ਉਹ ਆਪਣੀ ਫੈਮਿਲੀਜ਼ ਨੂੰ ਛੱਡ ਕੇ ਲੋਕਾਂ ਦੀ ਸੇਵਾ ਕਰਦੇ, ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਸੇਵਾ ਕਰਦੇ ਨੇ ਅਤੇ ਮਤਲਬ ਉਹ 24/7 ਆਪਣੀ ਫੈਮਿਲੀ ਤੋਂ ਕਈ ਦੂਰ ਆਉਂਦੇ ਨੇ, ਕਈ ਮਤਲਬ ਹੋਸਟਲ ਦੇ ਵਿੱਚ ਵੀ ਰਹਿੰਦੇ ਨੇ ਅਤੇ ਹੋਸਟਲ ਵਿੱਚ ਵੀ ਜ਼ਰੂਰੀ ਨਹੀਂ ਹੈਗਾ ਵੀ ਖਾਣਾ ਉਹਨਾਂ ਨੂੰ ਮਿਲਦਾ ਨਹੀਂ ਮਿਲਦਾ, ਕਦੇ ਕਦੇ ਬਿਨਾਂ ਡਿਨਰ ਤੋਂ ਵੀ ਉਹ ਬਿਨਾਂ ਖਾਣਾ ਖਾਦਿਆਂ ਵੀ ਉਹ ਸਾਰਾ ਦਿਨ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਇਹ ਜਿਹੜੀ ਚੀਜ਼ ਹੈਗੀ ਹੈ ਬਹੁਤ ਜ਼ਰੂਰੀ ਹੈ। ਡਾਕਟਰ ਦੀ ਸੁਰੱਖਿਆ ਇਜ਼ ਮਸਟ। ਜੇਕਰ ਡਾਕਟਰ ਸੁਰੱਖਿਅਤ ਨਹੀਂ ਹੋਣਗੇ ਤਾਂ ਅਸੀਂ ਕੀ ਮੰਨ ਸਕਦੇ ਵੀ ਆਮ ਲੋਕ ਦੀ ਕਿੱਦਾਂ ਉਹਨਾਂ ਦੀ ਸਿਕਿਉਰਿਟੀ ਹੋਏਗੀ? ਇਸ ਨੂੰ ਲੈ ਕੇ ਸ਼ਾਮ ਵੇਲੇ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ। ਕੀ ਚੀਜ਼? ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ। ਕੈਂਡਲ ਮਾਰਚ ਬਾਰੇ ਅਸੀਂ ਹਾਲੇ ਸੋਚਾਂਗੇ, ਸਾਡੀ ਜਿਹੜੇ ਪ੍ਰਧਾਨ ਨੇ ਉਹ ਇਹਦੇ ਬਾਰੇ ਵਿਚਾਰ ਕਰਨਗੇ ਅਤੇ ਕੈਂਡਲ ਮਾਰਚ ਵੀ ਜ਼ਰੂਰ ਅਸੀਂ ਹੋਵਾਂਗੇ ਅਤੇ ਜ਼ਰੂਰ ਅਸੀਂ ਪੀਸਫੁਲ ਤਰੀਕੇ ਨਾਲ ਜ਼ਰੂਰ ਕਰਨਾ। ਮੇਰਾ ਨਾਮ ਸ਼ਿਵਾਂਸ਼ੀ ਹੈ, ਮੈਂ ਰੈਸੀਡੈਂਟ ਮੈਂ ਰੈਸੀਡੈਂਟ ਡਾਕਟਰ ਐਸੋਸੀਏਸ਼ਨ ਕੀ ਪ੍ਰੈਜ਼ੀਡੈਂਟ ਹੂੰ ਯਹਾਂ ਪਰ ਜੀ ਐਮ ਸੀ ਅੰਮ੍ਰਿਤਸਰ। ਸ਼ਿਵਾਂਸ਼ੀ, ਜੋ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਇਸ ਦੀ ਵਜ੍ਹਾ ਕੀ ਹੈ, ਮਕਸਦ ਕੀ ਹੈ? ਜੈਸਾ ਕਿ ਨਿਊਜ਼ ਮੈਂ ਆ ਰਿਹਾ ਥਾ ਔਰ ਆਪ ਸਭ ਕੋ ਪਤਾ ਹੋਗਾ ਕਿ ਆਰਜੀਕਰ ਮੈਡੀਕਲ ਕਾਲਜ ਜੋ ਕੋਲਕਾਤਾ ਮੇਂ ਕਾਲਜ ਹੈ, ਕਾਫੀ ਬੜਾ ਗਵਰਨਮੈਂਟ ਕਾਲਜ ਹੈ, ਵਹਾਂ ਪਰ ਚੈਸਟ ਐਂਡ ਟੀ ਬੀ ਕੀ ਸੈਕਿੰਡ ਈਅਰ ਰੈਸੀਡੈਂਟ ਕੋ के साथ जो हुआ है वो बिल्कुल ही शर्मनाक एक घटना है और हम उसका सपोर्ट करने के लिए खड़े हैं कि वी वॉन्ट जस्टिस फॉर हर। हमें उसके लिए जस्टिस चाहिए, हम उसका सपोर्ट कर रहे हैं कि जो भी उनकी पोस्टमार्टम रिपोर्ट्स आई या जो भी आई वो बहुत ही शर्मनाक है। एक डॉक्टर के साथ जो कि अपनी ड्यूटी पे थी और अपना कर्तव्य पूरा कर रही थी, उनके साथ ऐसा हुआ है, ये हमारे लिए बहुत ही शर्मनाक घटना है। शाम को कैंडल मार्च भी निकाला जाएगा? बिल्कुल बिल्कुल, हमारा शाम का प्लान है कैंडल मार्च का और ये हमारा अभी हमने प्रोटेस्ट से स्टार्ट करा है। अगर हमें हमारी मांगे नहीं पूरी होती है, हमारी बात नहीं सुनी जाती है, फिर हम इस प्रोटेस्ट को और एक
मतलब फर्दर लेवल पे भी लेकर जाएंगे। इससे पहले भी रेजिडेंट डॉक्टर के साथ कई ऐसी घटनाएं सामने आई हैं, तो क्या लगता है आपको सुरक्षा दी जानी चाहिए, क्योंकि इससे पहले भी आपने सुरक्षा को लेकर कई बार प्रोटेस्ट किया? बिल्कुल बिल्कुल, मेरे हिसाब से सुरक्षा बिल्कुल दी जानी चाहिए। अगर आप सोचो, आप कह रहे हो कि वुमेन एम्पावरमेंट होनी चाहिए, लोगों को, लड़कियों को आगे बढ़ाना चाहिए, पर लड़कियाँ आगे बढ़ रही हैं और आज हमें बिल्कुल नहीं डर लगता कि हम रात को रात रात भर ड्यूटियाँ करते हैं, 36-36 घंटे की ड्यूटी होती है। पर जब ऐसी कोई घटना सामने आती है तो हमारा भी दिल दहल जाता है, हमें भी डर लगता है कि कल होकर कहीं हमारे साथ ऐसा ना हो जाए। तो डर तो बिल्कुल बना हुआ है और प्रोटेक्शन देनी चाहिए, क्योंकि जब तक आप उस चीज़ को प्रोटेक्ट नहीं करोगे और वो प्रोटेक्शन नहीं दोगे तो हमारा डर बना रहेगा, जबकि हमें फिर भी बहुत प्रोटेक्शन मिली हुई है और हम फिर भी और डिमांड करते हैं कि हमें और दी जाए, ताकि ये ऐसी कोई घटना किसी के साथ भी ना हो, क्योंकि वो भी किसी की बहन थी, किसी के घर की बेटी थी, ये कभी किसी के साथ नहीं होना चाहिए। मेरा नाम डॉक्टर नवदीप है। जेडी चीज़ करके हो रहा है, ये बहुत जरूरी है अपनी सरकार या अपने सारे समाज में पता दसन कि वर्क प्लेस दे एथिक्स होने चाहिए या जो होना चाहिए काम, किन्नी सेफ्टी आ वूमेन की जी जरूरी है इतने, वह भी डॉक्टर की जी इतने सारे मरीजों ठीक करती है, तो ये बहुत गलत है जो होया है, ये नहीं होना चाहिए। आने वाले समय सड़क उतरोगे जे? हाँ जी, जरूर जरूर जरूर, जे होया सू खड़ा खड़ना पेगा, इदा करना ही पैना।